ਬਣਾਉਣੀਆਂ ਮਦਭਾਗੀ ਘਟਨਾਵਾਂ ਲਈ ਉਹ ਜ਼ਿੰਮੇਵਾਰ ਜਿਹੜਾ ਵਿਅਕਤੀ ਆ ਉਹਨੂੰ ਕਟਹਿਰੇ 'ਚ ਖੜਾ ਕਰਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸਹਿਰਤਾ ਦੇ ਨਾਲ ਯਤਨ ਕਰਦਾ ਰਿਹਾ ਔਰ ਸਾਨੂੰ ਇਸ ਗੱਲ ਦਾ ਬੜਾ ਅਫਸੋਸ ਆ ਕਿ ਸਵਾਲ ਸਾਡੇ ਗੁਰੂ ਦਾ ਸਵਾਲ ਸਾਡੇ ਗੁਰੂ ਦੇ ਸਤਿਕਾਰ ਦਾ ਸਵਾਲ ਉਸ ਮਹਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਤੇ ਪਰ ਇਸ ਮਦਭਾਗੀ ਸਾਹਸੀ ਘਟਨਾਵਾਂ 'ਤੇ ਘਿਨਾਉਣੀ ਘਟਨਾਵਾਂ 'ਤੇ ਰਾਜਸੀ ਲਾਹਾ ਲੈਣ ਲਈ ਰਾਜਸੀ ਅਖਾੜੇ ਬਣਾ ਕੇ ਜਿਸ ਤਰ੍ਹਾਂ ਕੁਛ ਲੋਕਾਂ ਨੇ ਇਹਨਾਂ ਘਟਨਾਵਾਂ ਨੂੰ ਵਰਤਣ ਦਾ ਯਤਨ ਕੀਤਾ ਉਹ ਬੜੀ ਹੀ ਅਫਸੋਸ ਦੀ ਗੱਲ ਆ। ਕੇਵਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਆਪਣੀ ਸਰਕਾਰ ਸਮੇਂ ਸਵੇਰ ਦੇ ਯਤਨ ਕੀਤੇ ਅਤੇ ਦੋਸ਼ੀਆਂ ਨੂੰ ਕਟਹਿਰੇ 'ਚ ਖੜੇ ਕਰਕੇ ਸਜ਼ਾਵਾਂ ਦੇਣ ਦੇ ਮਤਲਬ ਬੰਨ ਨੂੰ ਬੰਨੇ, ਪਰ ਅਫਸੋਸ ਆ ਕਿ ਉਸ ਸਮੇਂ ਐਸੇ ਹਾਲਾਤ ਬਣਾਏ ਕਿ ਬਾਦਲ ਸਰਕਾਰ ਨੂੰ CBI ਨੂੰ ਕੇਸ ਦੇਣਾ ਪਿਆ। ਉਦੋਂ ਦਾ ਉਲਝਿਆ ਹੋਇਆ ਕੇਸ, ਉਦੋਂ ਦਾ ਲਮਕਿਆ ਹੋਇਆ ਕੇਸ ਅੱਜ ਇਹਨਾਂ ਹਾਲਾਤਾਂ ਵਿੱਚ ਆਇਆ। ਔਰ ਮੈਂ ਕਹਿ ਸਕਦਾ ਕਿ ਭਾਵੇਂ ਵਿਧਾਨ ਸਭਾ ਵਿੱਚ ਚਰਚਾ ਹੋਈ, ਭਾਵੇਂ ਇਸ ਇਹਨਾਂ ਘਟਨਾਵਾਂ 'ਤੇ ਅੱਡ ਅੱਡ ਜਾਂਚ ਏਜੰਸੀਆਂ ਨੂੰ ਜਾਂਚ ਸੌਂਪੀ ਗਈ, ਅਤੇ ਜਿੰਨਾ ਰੱਜ ਕੇ ਸਿਆਸੀ ਅਖਾੜਾ ਬਣਾਇਆ ਇਹਨੂੰ ਉਹ ਬਹੁਤ ਹੀ ਦੁਖਦਾਈ ਆ ਔਰ ਮਦਭਾਗਾ। ਔਰ ਮੈਂ ਸਮਝਦਾ ਇਹਦੇ ਸਿਆਸੀ ਹੋਣ ਦਾ ਸਭ ਤੋਂ ਵੱਡੀ ਮੋਹਰ ਮਾਨਯੋਗ ਹਾਈ ਕੋਰਟ ਨੇ ਲਾਈ ਜਦੋਂ ਕੰਵਰ ਵਿਜੇ ਪ੍ਰਤਾਪ ਹੋਰਾਂ ਵੱਲੋਂ ਪੇਸ਼ ਰਿਪੋਰਟ 'ਤੇ ਜੋ ਉਹਨਾਂ ਨੇ ਕਮੈਂਟਸ ਕੀਤੇ ਹਾਈ ਕੋਰਟ ਨੇ, ਜੋ ਉਸ ਘਟਨਾ 'ਤੇ ਬੋਲੇ ਹਾਈ ਕੋਰਟ, ਉਹ ਤਾਂ ਮੈਂ ਸਮਝਦਾ ਇੱਕ ਕਲੀਅਰ ਕੱਟ ਸੀ ਵੀ ਇਹ ਤੋਂ ਵੱਡਾ ਰਾਜਸੀ ਲਾਹਾ ਲੈਣ ਲਈ ਕੋਈ ਸਰਕਾਰ ਕਰ ਨਹੀਂ ਸਕਦੀ। ਔਰ ਜਿਵੇਂ ਉਦੋਂ ਹਾਈ ਕੋਰਟ ਨੇ ਕੰਵਰ ਵਿਜੇ ਪ੍ਰਤਾਪ ਨੂੰ ਤਾਂ ਸਿੱਧੇ ਤੌਰ 'ਤੇ ਕਿਹਾ ਵੀ ਇਹ ਸਾਰੀ ਸਰਕਾਰ ਦੀ ਸ਼ਹਿ 'ਤੇ ਚੱਲਦਾ ਰਿਹਾ, ਸਰਕਾਰ ਦੇ ਇਸ਼ਾਰੇ 'ਤੇ ਚੱਲਦਾ ਰਿਹਾ। ਔਰ ਦੂਜੇ ਪਾਸੇ ਸਾਹਿਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਵੱਲੋਂ ਜਿਹੜੀ ਇਸ ਸਮੇਂ ਕੀਤੇ ਟੈਲੀਫੋਨ ਸੀ, ਮਾਨਯੋਗ ਹਾਈ ਕੋਰਟ ਨੇ ਉਹਨਾਂ ਨੂੰ ਜਾਇਜ਼ ਠਹਿਰਾਇਆ, ਬਲਕਿ ਇੱਥੋਂ ਤੱਕ ਕਿਹਾ ਵੀ ਜੇ ਮੁੱਖ ਮੰਤਰੀ ਨਹੀਂ ਇਹ ਨੋਟਿਸ ਲਏਗਾ ਫਿਰ ਹੋਰ ਕੌਣ ਲਏਗਾ। ਬਲਕਿ ਹਾਈ ਕੋਰਟ ਨੇ ਸ਼ਾਬਾਸ਼ ਦਿੱਤੀ ਵੀ ਐਸੀ ਹਾਲਾਤਾਂ ਦੇ ਵਿੱਚ ਰਾਤ ਦੇ ਸਮੇਂ ਤੱਕ CM ਦਾ ਜਾਗਣਾ ਔਰ ਇਹ 'ਤੇ ਪੂਰੀ ਜਾਣਕਾਰੀ ਲੈਣਾ, ਮਤਲਬ ਉਹਨਾਂ ਨੇ ਇੱਕ ਸ਼ਲਾਘਾ ਕੀਤੀ ਸੀ। ਸੋ ਮੇਰਾ ਮਤਲਬ ਇਹ ਆ ਵੀ ਇਹਨੂੰ ਇਹ ਜਿਹੜੇ ਹਾਲਾਤ ਸੀ ਜਾਂ ਉਸ ਸਮੇਂ ਦੀਆਂ ਪਾਰਟੀਆਂ ਜਿਹੜੀਆਂ ਰਾਜਸੀ ਪਾਰਟੀਆਂ ਨੇ ਰਾਜਸੀ ਅਖਾੜਾ ਬਣਾਇਆ, ਇਹਨੂੰ ਮਾਨਯੋਗ ਹਾਈ ਕੋਰਟ ਨੇ ਵੀ ਮੋਹਰ ਲਾਈ। ਪਰ ਸਾਨੂੰ ਅਫਸੋਸ ਇਹ ਆ, ਆਹ ਜਿਹੜੀ ਕੱਲ੍ਹ ਪੇਸ਼ ਕੀਤਾ ਚਾਰਜਸ਼ੀਟ ਜਿਹਦੇ ਵਿੱਚ ਸਾਹਿਬ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ, ਸਾਹਿਬ ਸੁਖਬੀਰ ਸਿੰਘ ਬਾਦਲ ਹੋਣਾ ਦਾ ਨਾਂ ਲਿਆ, ਮੈਂ ਸਮਝਦਾ ਇਹ ਸਾਬਤ ਕਰਦਾ ਕਿ ਜਿਹੜੀ ਅੱਜ ਦੀ ਸਰਕਾਰ ਆ ਇਹਨੇ ਕਾਂਗਰਸ ਦੀ ਸਰਕਾਰ ਸਮੇਂ ਵਰਤੇ ਰਾਜਸੀ ਹੱਥ ਕੰਡਿਆਂ ਤੋਂ ਸਬਕ ਨਹੀਂ ਲਿਆ। ਜਾਂ ਇਹ ਕਹਿ ਲਓ ਕਿ ਮਾਨਯੋਗ ਹਾਈ ਕੋਰਟ ਵੱਲੋਂ ਝਾੜ ਝੰਬ ਜਿਹੜੀ ਕੀਤੀ ਗਈ ਅਫਸਰਸ਼ਾਹੀ ਦੀ ਵੀ ਅਤੇ ਸਰਕਾਰ ਦੀ ਵੀ, ਉਹ ਤੋਂ ਵੀ ਅੱਜ ਦੀ ਸਰਕਾਰ ਨੇ ਸਬਕ ਨਹੀਂ ਲਿਆ, ਬਲਕਿ ਕਾਂਗਰਸ ਰਾਜ ਸਮੇਂ ਕੀਤੇ ਰਾਜਸੀ ਡਰਾਮੇਬਾਜ਼ੀ, ਰਾਜਸੀ ਰੋਟੀਆਂ ਸੇਕਣ ਦਾ ਲਾਹਾ ਲੈਣ ਦੇ ਰਾਹ 'ਤੇ ਅੱਜ ਦੀ ਸਰਕਾਰ ਵੀ ਇੱਕ ਕਦਮ ਅੱਗੇ ਵੱਧ ਕੇ ਤੁਰੀ ਆ। ਜਿਹੜਾ ਕੱਲ੍ਹ ਜੋ ਨਾਂ ਲਏ ਗਏ ਨੇ ਇਸ LK ਯਾਦਵ ਹੋਰਾਂ ਦੀ ਸਿੱਟ ਦੇ ਵਿੱਚ ਜੋ ਰਿਪੋਰਟ ਆਈ ਆ, ਮਤਲਬ ਸਭ ਤੋਂ ਪਹਿਲੀ ਗੱਲ ਤਾਂ ਸਿੱਧੇ ਤੌਰ 'ਤੇ ਰਾਜਸੀ ਲਾਹਾ ਲੈਣ ਵਾਲੀ ਗੱਲ ਲੱਗਦੀ ਆ, ਕਿਉਂਕਿ 2 ਸਾਲਾਂ ਤੋਂ ਤਕਰੀਬਨ ਇਹ ਚੱਲ ਰਹੀ ਸੀ ਜਾਂਚ, ਅਚਾਨਕ ਇੱਕਦਮ ਇਹ ਪੇਸ਼ ਕਿਵੇਂ ਕੀਤਾ ਗਿਆ? ਕਿਉਂਕਿ ਅੱਜ ਸਾਡਾ ਇਹ ਕਹਿਣਾ ਵੀ ਸਰਾਸਰ ਰਾਜਸੀ ਲਾਹਾ ਲੈਣ ਲਈ ਕੀਤਾ ਗਿਆ, ਸਰਾਸਰ ਇਹ ਰਾਜਸੀ ਡਰਾਮੇਬਾਜ਼ੀ ਆ, ਕਿਉਂਕਿ ਇਸ ਗੱਲ ਨੇ ਸਾਬਤ ਕਰਤਾ ਕਿ ਸਰਕਾਰ ਜਿਹੜੀ ਆ ਅੱਜ ਚਾਰੇ ਪਾਸਿਓਂ ਘਿਰੀ ਹੋਈ ਆ। ਸਰਕਾਰ ਦੇ ਦੇਖੋ ਪਹਿਲੀ ਵਾਰੀ ਆ ਵੀ 2 ਹੈੱਡ ਆਫ ਦੀ ਸਟੇਟਸ ਨੇ ਜਿਹੜੇ ਕੰਸਟੀਟਿਊਸ਼ਨ ਹੈੱਡ ਗਵਰਨਰ ਸਾਹਿਬ ਅਤੇ ਲੋਕਾਂ ਦੀ ਚੁਣੀ ਹੋਈ ਸਰਕਾਰ ਦੇ ਹੈੱਡ ਸਾਹਿਬ ਭਗਵੰਤ ਸਿੰਘ ਮਾਨ, ਦੋਨਾਂ ਦੀ ਜਿਹੜਾ ਟਕਰਾਅ ਪਿਛਲੇ ਦਿਨਾਂ ਦੇ ਵਿੱਚ ਉਹਦੇ ਨਾਲ ਰਾਜਨੀਤਿਕ ਅਸਥਿਰਤਾ ਆਈ ਹੋਈ ਆ, ਰਾਜਨੀਤਿਕ ਅਸਾਵਾਂਪਣ ਬਣਿਆ ਪਿਆ, ਰਾਜਨੀਤਿਕ ਤਣਾਅ ਬਣਿਆ ਪਿਆ। ਔਰ ਐਸੇ ਤਣਾਅ ਦੇ ਵਿੱਚ ਕੰਧ 'ਤੇ ਲਿਖਿਆ ਨਜ਼ਰ ਆ ਰਿਹਾ ਮੈਂ ਸਮਝਦਾ ਅੱਜ ਦੀ ਸਰਕਾਰ ਨੂੰ ਵੀ ਇਹ ਕੁਛ ਦਿਨਾਂ ਦੀ ਪ੍ਰਾਹੁਣੀ ਸਰਕਾਰ ਲੱਗ ਰਹੀ ਆ। ਜਿਵੇਂ ਸਰਕਾਰ ਨੇ
मान जो गवर्नर साहब नाल मल एक किस्म का पंगा ले लिया तो उहदे नाल तां मैं समझदा कि हुण सरकार नूं अपनी जिहड़ी भविख आ ਉਹ ਨਜ਼ਰ ਆਉਣ ਲੱਗ ਗਿਆ ਵੀ ਥੋੜ੍ਹੇ ਦਿਨਾਂ ਦੀ ਪ੍ਰਾਹੁਣੀ ਸਰਕਾਰ ਆ ਜਦੋਂ ਸਰਕਾਰ ਨੂੰ ਕੁਛ ਦਿਨ ਹੀ ਨਜ਼ਰ ਆਏ ਤਾਂ ਸਾਡਾ ਹੀ ਦੋਸ਼ ਆ ਕਿ ਉਹਨਾਂ ਨੇ ਇਹ ਅਚਾਨਕ ਜਿਹੜੀ ਆ ਇਹਨੂੰ ਡਿਵਰਟ ਕਰਨ ਲਈ ਸਾਰੀ ਸਿਚੁਏਸ਼ਨ ਨੂੰ ਲੋਕਾਂ ਦਾ ਧਿਆਨ ਦੂਜੇ ਪਾਸੇ ਲਿਜਾਣ ਲਈ ਜਾਂ ਇਹ ਕਹਿ ਲਓ ਵੀ ਲਿਪਾ ਪੋਚੀ ਕਰਕੇ ਇੱਕਦਮ ਵੀ ਅਸੀਂ ਸੁਰਖਰੂ ਹੋ ਜਾਈਏ ਮਤਲਬ ਇਸ ਤਰ੍ਹਾਂ ਦੀ ਕਾਰਵਾਈ ਆ ਜਿਹੜੀ ਕੱਲ੍ਹ ਦੀ ਇਹ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਵੱਲੋਂ ਦੂਜੇ ਪਾਸੇ ਕਾਨੂੰਨ ਦੇ ਹਾਲਾਤ ਐਸੇ ਨੇ ਕਾਨੂੰਨ ਵਿਵਸਥਾ ਐਸੀ ਮਾੜੀ ਹੋਈ ਵੀ ਆ ਮਤਲਬ ਬਿਲਕੁਲ ਭੈ ਭੀਤ ਹੋਇਆ ਪਿਆ ਪੰਜਾਬ ਅਰਾਜਕਤਾ ਫੈਲੀ ਹੋਈ ਆ ਪੰਜਾਬ 'ਚ ਸਹਿਮ ਫੈਲਿਆ ਹੋਇਆ ਪੰਜਾਬ 'ਚ ਔਰ ਐਸੇ ਹਾਲਾਤਾਂ ਵੀ ਜੋ ਕੱਲ੍ਹ ਉੱਥੇ ਅਜਨਾਲੇ ਪਰਸੋਂ ਹੋਇਆ ਉਹਨੇ ਤਾਂ ਇੰਤਹਾਈ ਕਰਤੀ ਅੱਜ ਸਰਕਾਰ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਅੱਜ ਐਸੇ ਹਾਲਾਤਾਂ ਵਿੱਚ ਘਿਰੀ ਸਰਕਾਰ ਕੋਲ ਆਹ ਜਿਹੜਾ ਇੱਕ ਰਾਹ ਕੱਢਣ ਦਾ ਯਤਨ ਕੀਤਾ ਲੋਕਾਂ ਦਾ ਧਿਆਨ ਦੂਜੇ ਪਾਸੇ ਲਿਜਾਣ ਦਾ ਇਹ ਵੀ ਅਤੇ ਫਿਰ ਆ ਇਨਵੈਸਟਰ ਮੀਟ ਜਿਹੜੀ ਕੀਤੀ ਇਨਵੈਸਟਰ ਮੀਟ ਬਿਲਕੁਲ ਹੀ ਫਲੋਪ ਹੋਈ ਮੁੱਖ ਮੰਤਰੀ ਸਾਹਿਬ ਕੋਈ ਇੱਕ ਵੀ ਵੱਡਾ ਪ੍ਰੋਜੈਕਟ ਨਹੀਂ ਕਰਾ ਸਕੇ ਰਿਪੇਅਰ ਨੂੰ ਇਨਵੈਸਟਮੈਂਟ ਕਹੀ ਗਏ ਬਹੁਤ ਸਾਰੀ ਇੰਡਸਟਰੀ ਦੀ ਜਿਹੜੀ ਰਿਪੇਅਰ ਹੋਈ ਆ ਉਸੀ ਨੂੰ ਇਨਵੈਸਟਮੈਂਟ ਦੇ ਅੰਕੜਿਆਂ ਵਿੱਚ 38,175 ਕਰੋੜ ਜਿਹੜੇ ਅੰਕੜੇ ਦੇ ਰਹੇ ਉਹਨਾਂ 'ਚ ਗਿਣੀ ਜਾ ਰਹੇ ਨੇ ਸੋ ਫਿਰ ਮੁੱਖ ਮੰਤਰੀ ਸਾਹਿਬ ਝੂਠ 'ਚ ਘਿਰ ਗਏ ਮਤਲਬ ਮੇਰਾ ਖਿਆਲ ਆ ਵੀ ਅੱਜ ਤੱਕ ਦੇ ਕਿਸੇ ਰਾਜਸੀ ਨੇਤਾ ਵੱਲੋਂ ਬੋਲੇ ਝੂਠ ਵਿੱਚੋਂ ਮਤਲਬ ਨੰਬਰ ਇੱਕ ਲੈ ਗਏ ਮਤਲਬ ਬਹੁਤ ਵੱਡਾ ਝੂਠ ਦੇ ਗੇੜੇ 'ਚ ਫਸੇ ਨੇ ਭਾਵੇਂ BMW ਪ੍ਰੋਜੈਕਟ ਲਾਉਣ ਦੀ ਗੱਲ ਸੀ ਭਾਵੇਂ ਗੋਲਡੀ ਬਰਾੜ ਦੇ ਗ੍ਰਿਫਤਾਰੀ ਹੋਣ ਦੀ ਝੂਠੀ ਗੱਲ ਕਰਨ ਦੀ ਸੀ ਮਤਲਬ ਜਿੰਨੀਆਂ ਵੀ ਗੱਲਾਂ ਹੁਣ ਤੱਕ ਝੂਠ 'ਚ ਫਸੇ ਨੇ ਮਤਲਬ ਪਾੜ 'ਤੇ ਜਿਵੇਂ ਚੋਰ ਫਸ ਜਾਂਦਾ ਇਹਨਾਂ ਹਾਲਾਤਾਂ ਵਿੱਚ ਘਿਰੇ ਹੋਈ ਸਰਕਾਰ ਨੇ ਆਹ ਜਿਹੜਾ ਡਰਾਮਾ ਕੀਤਾ ਮੈਂ ਤਾਂ ਕਹਾਂਗਾ ਰਾਜਸੀ ਲਾਹਾ ਲੈਣ ਲਈ ਸਿਚੁਏਸ਼ਨ ਨੂੰ ਡਿਵਰਟ ਕਰਨ ਲਈ ਜੋ ਇਹ ਗੱਲ ਕੀਤੀ ਆ ਇਹ ਸਰਾਸਰ ਅਸੀਂ ਸਮਝਦੇ ਹਾਂ ਕਿ ਰਾਜਸੀ ਆ ਪੋਲੀਟੀਕਲ ਮੋਟਿਵ ਨਾਲ ਆ ਇਹ ਸਾਰਾ ਸੱਚਾਈ ਲੱਭਣ ਲਈ ਸੱਚ ਸਾਹਮਣੇ ਲਿਆਉਣ ਲਈ ਦੋਸ਼ੀਆਂ ਨੂੰ ਕਟਹਿਰੇ 'ਚ ਖੜ੍ਹੇ ਕਰਕੇ ਐਸੀਆਂ ਮਦਭਾਗੀ ਘਟਾਉਣੀਆਂ ਘਟਨਾਵਾਂ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਦਿਵਾਉਣ ਲਈ ਅਤੇ ਐਸੀਆਂ ਘਟਨਾਵਾਂ ਅੱਗੇ ਨੂੰ ਨਾ ਵਾਪਰਨ ਉਹਦਾ ਕੋਈ ਬੰਨ ਨੂੰ ਬੰਨਣ ਲਈ ਸਰਕਾਰ ਨੇ ਪਿਛਲੇ 11 ਮਹੀਨਿਆਂ 'ਚ ਇੱਕ ਕਦਮ ਨਹੀਂ ਚੁੱਕਿਆ ਸੋ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਬੜੇ ਸਪੱਸ਼ਟ ਹਾਂ ਕਿ ਇਹ ਡਰਾਮੇਬਾਜ਼ੀ ਇਹ ਰਾਜਸੀ ਅਖਾੜਾ ਬਣਾ ਕੇ ਪੰਜਾਬ ਨੂੰ ਬਲਦੀ 'ਤੇ ਤੇਲ ਨਾ ਪਾਉਣ ਪੰਜਾਬ ਪਹਿਲਾਂ ਹੀ ਤੰਗ ਆ ਪੰਜਾਬੀ ਪਹਿਲਾਂ ਹੀ ਭੈ ਭੀਤ ਹੋਏ ਬੈਠੇ ਨੇ ਸਹਿਮੇ ਹੋਏ ਨੇ ਅਤੇ ਪੰਜਾਬ ਦੇ ਨਾ ਆਰਥਿਕ ਹਾਲਾਤ ਠੀਕ ਨੇ ਨਾ ਸਮਾਜਿਕ ਹਾਲਾਤ ਠੀਕ ਨੇ ਨਸ਼ਿਆਂ ਨੇ ਮਾਂ ਬਾਪ ਦੇ ਵਿੱਚ ਰਿਸ਼ਤਿਆਂ ਵਿੱਚ ਤਰੇੜਾਂ ਪਾਈਆਂ ਵੀਆਂ ਅਤੇ ਜੋ ਕਤਲੋਗਾਰਤ ਹੋ ਰਹੀ ਆ ਫਰੌਤੀਆਂ ਹੋ ਰਹੀਆਂ ਨੇ ਮਤਲਬ ਆਹ ਤੁਹਾਡੇ ਸਾਹਮਣੇ ਆ ਮਤਲਬ ਨਿੱਤ ਨਵੀਆਂ ਘਟਨਾਵਾਂ ਵਾਪਰਦੀਆਂ ਨੇ ਸੋ ਐਸੇ ਹਾਲਾਤਾਂ ਦੇ ਵਿੱਚ ਪੰਜਾਬ ਨੂੰ ਮੁੜ ਕੇ ਮਾੜੇ ਹਾਲਾਤਾਂ 'ਚ ਲਿਜਾਉਣਾ ਸਰਕਾਰ ਵੱਲੋਂ ਇਹ ਬਹੁਤ ਹੀ ਮਦਭਾਗਾ ਅਤੇ ਸਰਕਾਰ ਨੂੰ ਅਸੀਂ ਤਾੜਨਾ ਕਰਦੇ ਹਾਂ ਕਿ ਉਹ ਇਸ ਕਿਸਮ ਦੀਆਂ ਇਸ਼ੂ 'ਤੇ ਰਾਜਸੀ ਲਾਹੇ ਲੈਣ ਤੋਂ ਗੁਰੇਜ਼ ਕਰੇ ਔਰ ਜਿਹੜੇ ਜਿਹਦੇ ਨਾਲ ਸਾਡੇ ਜਜ਼ਬਾਤ ਜੁੜੇ ਹੋਏ ਨੇ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਸਾਡਾ ਜ਼ਿੰਦਗੀ ਮੌਤ ਦਾ ਸਵਾਲ ਆ ਸਾਡੇ ਗੁਰੂ ਦਾ ਕਿਸੇ ਤਰ੍ਹਾਂ ਦਾ ਅਪਮਾਨ ਕਰਨ ਵਾਲੇ ਨਿਰਾਦਰ ਕਰਨ ਵਾਲੇ ਕਿਸੇ ਵਿਅਕਤੀ ਨੂੰ ਅਸੀਂ ਕਦੇ ਨਹੀਂ ਚਾਹੁੰਦੇ ਕਿ ਉਹ ਖੁੱਲ੍ਹਾ ਫਿਰੇ ਜਾਂ ਉਹਨੂੰ ਕੋਈ ਸਜ਼ਾ ਨਾ ਮਿਲੇ ਪਰ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਕਿ ਐਸੀਆਂ ਘਟਨਾਵਾਂ ਦਾ ਲਾਹਾ ਲੈ ਕੇ ਜੇ ਕੋਈ ਪਾਰਟੀ ਜੇ ਕੋਈ ਵਿਅਕਤੀ ਰਾਜਸੀ ਲਾਹਾ ਲੈਣਾ ਚਾਹੇਗੀ ਉਹਨੂੰ ਕਦੇ ਵੀ ਇਹ ਨਾ ਪੰਜਾਬ ਦੇ ਲੋਕ ਮਾਫ਼ ਕਰਨਗੇ ਨਾ ਸ਼੍ਰੋਮਣੀ ਅਕਾਲੀ ਦਲ ਮਾਫ਼ ਕਰੇਗਾ ਨਾ ਪੰਜਾਬ ਨੂੰ ਬਲਦੀ ਦੇ ਬੂਥੇ 'ਚ ਪਾਉਣ ਲਈ ਜਿਹੜੇ ਯਤਨ ਅੱਜ ਹੋ ਰਹੇ ਨੇ ਉਹਨਾਂ ਨੂੰ ਅਸੀਂ ਸਫਲ ਹੋਣ ਦੇਵਾਂਗੇ ਸ਼੍ਰੋਮਣੀ ਅਕਾਲੀ ਦਲ ਮਾਂ ਜੋ ਮੁੱਖ ਮੰਤਰੀ ਪੰਜਾਬ ਨੂੰ ਇਹ ਅਪੀਲ ਕਰਦਾ ਕਿ ਉਹ ਪੰਜਾਬੀਆਂ ਦੇ ਮਸਲੇ ਸੁਹਿਰਤਾ ਨਾਲ ਸੁਲਝਾਉਣ ਵੱਲ ਧਿਆਨ ਦੇਣ ਇਹ ਬੇਤੁਕੀਆਂ ਗੱਲਾਂ ਕਰਕੇ ਬੇਵਜ੍ਹਾ ਆਪਣੇ ਰਾਜਸੀ ਵਿਰੋਧੀਆਂ ਨੂੰ ਇਸ ਕਿਸਮ ਦੇ ਹਾਲਾਤਾਂ ਵਿੱਚ ਲਿਜਾ ਕੇ ਬਦਨਾਮ ਕਰਕੇ ਰਾਜਸੀ ਲਾਹਾ ਲੈਣ ਦੀ ਖੇਡ ਨਾ ਖੇਡੇ ਇਹ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਔਰ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਗੱਲ ਆ ਜੋ ਕੁਛ ਕੀਤਾ ਅਸੀਂ ਕਾਨੂੰਨੀ ਤੌਰ 'ਤੇ ਵੀ ਇਹ ਪੈਰਵਾਈ ਕਰਕੇ ਸਰਕਾਰ ਦੇ ਇਸ ਰਾਜਸੀ ਡਰਾਮੇ ਦੇ ਪਾਜ ਖੋਲ੍ਹਾਂਗੇ ਕਿਉਂਕਿ ਜਿਵੇਂ ਕੰਵਰ ਵਿਜੇ ਪ੍ਰਤਾਪ ਦੇ ਮਾਮਲੇ ਦੇ ਵਿੱਚ
ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਅਪੀਲ ਨਹੀਂ ਸੀ ਕੀਤੀ, ਪੁਲਿਸ ਮੁਲਾਜ਼ਮਾਂ ਨੇ ਕੀਤੀ ਸੀ, ਉਹਨੇ ਰਾਜਸੀ ਡਰਾਮਾ 'ਤੇ ਮੋਹਰ ਲਾਤੀ ਸੀ। ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਆ ਜਿਹੜੇ ਕੱਲ੍ਹ ਉਹਨਾਂ ਨੇ ਪੇਸ਼ ਕੀਤਾ, ਇਹਦੇ 'ਤੇ ਜ਼ਰੂਰ ਕਾਨੂੰਨੀ ਪੈਰਵਾਈ ਵੀ ਕਰੇਗਾ ਅਤੇ ਰਾਜਨੀਤਿਕ ਤੌਰ 'ਤੇ ਵੀ ਅਸੀਂ ਇਹਨੂੰ ਪੂਰੀ ਤਰ੍ਹਾਂ ਕਾਊਂਟਰ ਕਰਾਂਗੇ। ਗਰਿਆਲ ਸਾਹਿਬ, ਤੁਹਾਨੂੰ ਕਾਨੂੰਨੀ ਪੱਖ ਦੱਸਾਂਗੇ ਕੁਛ। ਪ੍ਰੈਸ ਸਾਹਿਬ ਨੇ ਸਾਰਾ ਇਹਦਾ ਪੋਲੀਟੀਕਲ ਪਿਛੋਕੜ ਦੱਸਤਾ। ਮੈਂ ਤੁਹਾਡੇ ਨਾਲ ਦੋ ਤਿੰਨ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ ਕਿ ਦੋ FIR ਕੋਟਕਪੂਰੇ ਦਰਜ ਹੋਏ। ਇੱਕ FIR ਸੀ ਜੋ ਪੁਲਿਸ ਵੱਲੋਂ ਫਾਇਰਿੰਗ ਹੋਈ, ਇੱਕ FIR ਸੀ ਜਿਹੜੇ ਪੁਲਿਸ ਵਾਲੇ ਜ਼ਖਮੀ ਹੋਏ। ਜਦ ਕੰਵਰ ਵਿਜੇ ਪ੍ਰਤਾਪ ਵਾਲੇ ਸਟ੍ਰਕਚਰ ਆਏ, ਉਹਦੇ ਵਿੱਚ ਮਾਨਯੋਗ ਹਾਈਕੋਰਟ ਨੇ ਕਿਹਾ ਕਿ ਇਹ ਦੋਨੋਂ FIR ਵਿੱਚ ਸਾਈਮਲਟੇਨੀਅਸਲੀ ਤਫਦੀਸ਼ ਚੱਲੂਗੀ ਅਤੇ ਉਹ ਤਫਦੀਸ਼ ਤੋਂ ਬਾਅਦ ਦੋਹਾਂ ਵਿੱਚ ਸਾਈਮਲਟੇਨੀਅਸਲੀ ਚਲਾਣ ਪੇਸ਼ ਕੀਤਾ ਜਾਊਗਾ। ਮਾਨਯੋਗ ਹਾਈਕੋਰਟ ਨੇ ਵੀ ਬਹੁਤ ਸਪੱਸ਼ਟ ਕਿਹਾ ਕਿ ਜਿਹੜੀ ਸਿੱਟ ਹੈ ਇਹ ਸਿੱਟ ਆਪਣੇ ਚਲਾਣ ਕੋਰਟ ਵਿੱਚ ਮੈਜਿਸਟ੍ਰੇਟ ਦੇ ਪੇਸ਼ ਕਰਨ ਤੱਕ ਕੋਈ ਵੀ ਇਨਫੋਰਮੇਸ਼ਨ ਨਹੀਂ ਲੀਕ ਕਰੂਗਾ। ਹੁਣ ਤਿੰਨ ਗੱਲਾਂ ਆ ਗਈਆਂ ਬੜੀਆਂ ਸਪੱਸ਼ਟ ਕਿ ਹਾਈਕੋਰਟ ਦੇ ਅਦਾਲਤ ਦੀ ਉਲੰਘਣਾ ਕੀਤੀ, ਕਿ ਉਸ ਤੋਂ ਪਹਿਲਾਂ ਗੱਲਾਂ ਲੀਕ ਕੀਤੀਆਂ ਕਿ ਨਹੀਂ ਕੀਤੀਆਂ, ਅਤੇ ਕੀ ਗੱਲਾਂ ਹੋਈਆਂ ਉਹ ਹਾਈਕੋਰਟ ਦੇ ਆਰਡਰ ਦੇ ਅਨੁਕੂਲ ਨੇ ਕਿ ਉਹਦੀ ਵਾਇਲੇਸ਼ਨ ਹੈ। ਪਹਿਲੀ, ਮਾਨਯੋਗ ਸਪੀਕਰ ਸਾਹਿਬ ਜਾਂਦੇ ਆ, ਕਹਿੰਦੇ 28 ਤਰੀਕ ਤੋਂ ਪਹਿਲਾਂ ਚਲਾਣ ਪੇਸ਼ ਹੋ ਜੂ। ਮੈਨੂੰ ਦੱਸਣ ਸਪੀਕਰ ਸਾਹਿਬ ਪੰਜਾਬ ਦੇ ਲੋਕਾਂ ਨੂੰ ਕਿ ਉਹਨਾਂ ਨੂੰ 28 ਤਰੀਕ ਕਿਹਨੇ ਦਿੱਤੀ ਅਤੇ ਉਹਨਾਂ ਨੇ 28 ਤਰੀਕ ਪਬਲਿਕਲੀ ਅਨਾਊਂਸ ਕਿਵੇਂ ਕੀਤੀ। ਉਹਨਾਂ ਨੇ ਸਿੱਟ ਨੂੰ ਹਦਾਇਤ ਕੀਤੀ ਕਿ ਸਿੱਟ ਨੇ ਉਹਨਾਂ ਨੂੰ ਇਤਲਾਹ ਦਿੱਤੀ, ਅਤੇ ਉਹਨਾਂ ਕੋਲ ਇਹ ਅਥਾਰਟੀ ਕਿਹਨੇ ਸੀ ਕਿ ਸਪੀਕਰ ਵਿਧਾਨ ਸਭਾ ਦਾ ਜਾ ਕੇ ਉੱਥੇ ਲੱਗ ਜਾ ਕੇ ਮੌਕੇ 'ਤੇ ਅਨਾਊਂਸ ਕਰੇ ਕਿ 28 ਤਰੀਕ ਤੋਂ ਪਹਿਲਾਂ ਹੋਊ। ਦੂਸਰਾ ਇੰਸਟਾਂਸ ਆ ਕੁਲਦੀਪ ਸਿੰਘ ਮਿਨਿਸਟਰ ਪੰਜਾਬ ਦੇ, ਉਹ ਕਹਿੰਦੇ ਅਸੀਂ ਗਰੰਟੀ ਕਰਦੇ ਹਾਂ ਕਿ ਬਾਦਲ ਇਹਦੇ 'ਚ ਮੁਲਜ਼ਮ ਹੋਣਗੇ। ਇਹ ਦੱਸਿਆ ਜਾਵੇ ਕਿ ਇਹ ਉਹਨਾਂ ਨੂੰ ਅਥਾਰਟੀ ਕੁਲਦੀਪ ਸਿੰਘ ਉਹਨਾਂ ਨੂੰ ਜਾਂ ਇਨਫੋਰਮੇਸ਼ਨ ਕਿਹਨੇ ਦਿੱਤੀ, ਸਿੱਟ ਨੇ ਦਿੱਤੀ ਕਿ ਚੀਫ ਮਿਨਿਸਟਰ ਨੇ ਹਦਾਇਤ ਦਿੱਤੀ। ਤੀਸਰੀ ਗੱਲ, ਕੱਲ੍ਹ ਚਲਾਣ ਪੇਸ਼ ਕਰਨ ਤੋਂ ਪਹਿਲਾਂ ਸਿਲੈਕਟਿਵ ਲੀਕ ਇੱਕ ਇਲੈਕਟ੍ਰੋਨਿਕ ਮੀਡੀਆ ਕੋਲ ਕੀਤੀ ਗਈ ਜਿਹਦੇ ਵਿੱਚ ਨਾਮ ਦਿੱਤੇ ਗਏ 7, ਬਾਲ ਸਾਹਿਬ, ਸਰਦਾਰ ਸੁਖਬੀਰ ਸਿੰਘ ਬਾਦਲ, ਸਮੇਤ ਸੈਣੀ, ਉਮਰਾ ਨੰਗਲ, ਚਾਹਲ, SS ਮਾਨ ਅਤੇ ਗੁਰਦੀਪ ਸਿੰਘ। ਹੁਣ ਮੈਂ ਇੱਕ ਗੱਲ ਪੁੱਛਦਾ ਸਿੱਟ ਵਾਲਿਆਂ ਨੂੰ ਬੜੀ ਸਪੱਸ਼ਟ ਕਿ ਸਰਦਾਰੋ ਤੁਸੀਂ ਇਹ ਨਾਂ ਤਾਂ ਦੇ ਤੇ ਜਿਹੜੇ ਸਟ੍ਰਿਕਚਰ ਪਾਸ ਹੋਏ ਸੀ ਕੰਵਰ ਵਿਜੇ ਪ੍ਰਤਾਪ ਦੇ ਖਿਲਾਫ, ਉਹਦੀ SLP ਸੁਪਰੀਮ ਕੋਰਟ 'ਚ ਪਈ ਹੈ। ਜਿਹੜੇ ਮੁਲਜ਼ਮ ਉਹਨੇ ਨਾਮਜ਼ਦ ਕੀਤੇ ਸੀ ਉਹਨਾਂ 'ਚੋਂ 3 ਤੁਸੀਂ ਛੱਡ ਤੇ, ਸਰਦਾਰ ਮਨਤਾਜ ਸਿੰਘ ਬਰਾੜ, ਪਰਮਜੀਤ ਸਿੰਘ ਪੰਨੂ ਅਤੇ ਸਰਦਾਰ ਬਲਜੀਤ ਸਿੰਘ DSP KSP। ਮੈਨੂੰ ਕੋਈ ਕਹਿਣ ਲੱਗਾ ਜੀ ਕਿ ਸਿਲੈਕਟਿਵ ਚੈਲੇਂਜ ਕੀਤੀ ਆ ਕੰਵਰ ਵਿਜੇ ਪ੍ਰਤਾਪ ਨੇ ਕਿ ਜਿਹੜੇ ਮੇਰੇ ਖਿਲਾਫ ਸਟ੍ਰਕਚਰ ਆ ਉਹ ਰਾਈਟ ਆਫ ਕੀਤੇ ਜਾਣ। ਜੇ ਆਰਗੂਮੈਂਟ ਸੇਟ ਮੰਨ ਲਓ ਕਿ ਉਹ ਰਾਈਟ ਆਫ ਹੁੰਦੇ ਆ, ਫਿਰ ਤਾਂ ਹਾਈਕੋਰਟ ਦਾ ਬੇਸਿਸ ਹੀ ਉਸ ਨੂੰ ਕੁਐਸ਼ ਕਰਨ ਦਾ ਇਹ ਸੀਗਾ ਕਿ ਇਹ ਮਲੀਸ਼ੀਅਸ ਆ, ਇਹ ਡਿਸਓਨੈਸਟ ਹੈ। ਅਤੇ ਜੇ ਸੁਪਰੀਮ ਕੋਰਟ ਇਸ ਸਿੱਟੇ 'ਤੇ ਪਹੁੰਚੂਗੀ ਕਿ ਕੰਵਰ ਵਿਜੇ ਪ੍ਰਤਾਪ ਦੀ ਇਨਵੈਸਟੀਗੇਸ਼ਨ ਮਲੀਸ਼ੀਅਸ ਨਹੀਂ, ਓਨੈਸਟ ਹੈ, ਇਹਦੇ ਵਿੱਚ ਮੈਲਾਫਾਈਡ ਹੀ ਨਹੀਂ, ਇਹ ਅਕੋਰਡਿੰਗ ਟੂ ਲੋਅ, ਤਾਂ ਫਿਰ ਕੁਦਰਤੀ ਜਦ ਉਹ ਰਾਈਟ ਆਫ ਹੋਣਗੇ ਤਾਂ ਫਿਰ ਸਾਰੀ ਉਹਦੀ ਇਨਵੈਸਟੀਗੇਸ਼ਨ ਸਹੀ ਹੋ ਗਈ। ਸੁਪਰੀਮ ਕੋਰਟ 'ਚੋਂ SLP ਪੈਂਡਿੰਗ ਪਈ ਆ ਹਲੇ, ਹਾਈਕੋਰਟ ਦਾ ਫੈਸਲਾ ਅੱਜ ਸਟੈਂਡ ਕਰਦਾ। ਹਾਈਕੋਰਟ ਦੇ ਫੈਸਲੇ ਨੇ ਬੜੀ ਕਲੀਅਰ ਗੱਲ ਕਹਿਤੀ ਕਿ ਟੈਲੀਫੋਨ 'ਤੇ ਚੀਫ ਮਿਨਿਸਟਰ ਅਤੇ DGP ਦੀ ਗੱਲ ਨੂੰ ਹੋਣਾ ਇੱਕ ਕੌਨਸਪਰੇਸੀ ਬਣਾਉਣਾ, ਇਹ ਸੁਪਨੇ ਵਿੱਚ ਵੀ ਨਹੀਂ ਐਕਸੈਪਟ ਕੀਤਾ ਜਾ ਸਕਦਾ। ਜੇ ਅਸੀਂ ਇਹਨੂੰ ਐਕਸੈਪਟ ਕਰਾਂਗੇ ਤਾਂ ਹਰ ਸੂਬੇ ਦਾ ਮੁੱਖ ਮੰਤਰੀ ਕਿਸੇ ਨਾ ਕਿਸੇ ਕੇਸ ਵਿੱਚ ਮੁਲਜ਼ਮ ਹੋਊ। ਫੋਰ ਇੰਸਟਾਂਸ, ਤੁਸੀਂ ਲਾਓ ਕਿ ਤਾਕਤ ਤਾਂ ਖੂਹ ਦੀਆਂ ਟਿੰਡਾਂ ਹੁੰਦੀਆਂ ਨੇ, ਕਦੇ ਪਾਣੀ 'ਚ ਕਦੇ ਬਾਹਰ, ਹਮੇਸ਼ਾ ਨਹੀਂ ਰਹਿੰਦੀਆਂ ਪਾਣੀ 'ਚ। ਸਿੱਧੂ ਮੂਸੇਵਾਲੇ FIR 'ਚ ਅਸੀਂ ਤਾਂ ਨਹੀਂ ਫਾਈਲ ਕੀਤਾ, ਪੰਜਾਬ ਦੀ ਪੁਲਿਸ ਨੇ ਕੀਤਾ ਨਾ। ਉਸ FIR ਵਿੱਚ ਪੰਜਾਬ ਦੀ ਸਰਕਾਰ ਮੁਲਜ਼ਮ ਬਣਦੀ ਹੈ ਜੇ ਇਸ ਕੇਸ ਦੀ ਨੌਲੇਜੀ ਲਈ ਜਾਵੇ, ਕਿਉਂਕਿ FIR ਦੀ ਵਰਡਿੰਗ ਹੈ ਕਿ ਕੋਲਡੀ ਬਰਾੜ ਨੇ ਕਿਹਾ ਕਿ ਉਹਦੀ ਸਿਕਿਉਰਿਟੀ ਵਿਦਡਰਾਅ ਹੋ ਗਈ ਹੈ, ਪਤਾ ਨਹੀਂ ਦੁਬਾਰਾ ਨਾ ਹੋ ਜੇ, ਅੱਜ ਹੀ ਇਹ ਕਾਰਵਾਈ ਕੀਤੀ ਜਾਵੇ। ਉਹ ਸਿਕਿਉਰਿਟੀ ਵਿਦਡਰਾਅ ਕਰਕੇ ਕਿਹਨੇ ਟਵੀਟ 'ਤੇ ਪਾਈ, ਫਿਰ ਉਹ ਇਸ ਨੌਲੇਜੀ ਦੇ ਮੁਤਾਬਕ ਇਹ ਕੇਸ ਨਹੀਂ ਬਣਦਾ, ਇਹ ਬੰਦਾ ਮੁਲਜ਼ਮ ਨਹੀਂ ਬਣਦਾ ਜਿਹਨੇ ਪਾਈ।
गलां राजनीति खेडण लई जिवें प्रेस साहब ने कहा है कि अपनियां कमजोरियां ढकण लई दूसरे नूं किसे नूं माड़ा गल कहण दा जिहड़ा हैगा कोई चक्कर नहीं। हुण मैं दूसरी गल करदा कि तुहानूं समां आउण ते असीं होर भी एविडेंस देवांगे कि जिहड़े इन्हां ने गवाह तैयार कीते आ ना ਉਹ ਅੱਜ ਐਪਰੋਪਰੀਏਟ ਟਾਈਮ ਨਹੀਂ ਗਾ ਕਿ ਅਸੀਂ ਕਿਉਂਕਿ ਹਲੇ ਚਲਾਣ ਵੀ ਨਹੀਂ ਸਾਰਾ ਦੇਖਿਆ ਕਿ ਇਹਨਾਂ ਨੇ ਗਵਾਹ ਜਿਹੜੇ ਕੀਤੇ ਆ ਗਵਾਹ ਕੀ ਕਹਿੰਦੇ ਆ ਉਹਨਾਂ ਦੇ ਤੁਹਾਨੂੰ ਅਸੀਂ ਰਿਕਾਰਡ ਪੇਸ਼ ਕਰਾਂਗੇ ਕਿ ਇਹਨਾਂ ਨੂੰ ਕਿਵੇਂ ਮਨਾ ਕੇ ਇਹ ਗੱਲਾਂ ਕਹਾਈਆਂ ਗਈਆਂ। ਵੀ ਵਿਲ ਐਕਸਪੋਜ਼ ਦਿਸ ਸਿੱਟ ਕਿ ਇਹ ਸਿੱਟ ਦੇ ਜੋ ਹਾਈ ਕੋਰਟ ਨੇ ਅਬਜ਼ਰਵ ਕੀਤਾ ਸੀ ਪ੍ਰੋਸੀਕਿਊਸ਼ਨ ਨਹੀਂ ਕੀਤੀ ਪਰਸੀਕਿਊਸ਼ਨ ਕੀਤੀ ਹੈ। ਪਹਿਲਾ ਕੇਸ ਹੋਣਾ ਮੇਰਾ ਖਿਆਲ ਮੇਰੇ ਇੰਨੇ ਲੌਂਗ ਕੈਰੀਅਰ 'ਚ ਐਡਵੋਕੇਸੀ ਦੇ 'ਚ ਕਿ ਜਿਹਦੀ ਕੇਸ ਦੀ ਸਟਾਰਟ ਇਹ ਹੋਈ ਕਿ ਮੁਲਜ਼ਮ ਨਹੀਂ ਲੱਭਣੇ, ਮੁਲਜ਼ਮ ਨਾਮਜ਼ਦ ਕਰਕੇ ਦਿੱਤੇ ਸਰਕਾਰ ਨੇ ਕਿ ਇਹਨਾਂ ਨੂੰ ਬਣਾਉਣਾ, ਇਹਨਾਂ ਲਈ ਕੁਛ ਲੱਭੋ। 2015 ਦੇ ਕੇਸ 'ਚ ਲੈ ਕੇ 2023 ਤੱਕ ਲੱਗ ਗਏ 7 ਸਾਲ 'ਚ ਬਾਦਲ ਸਾਹਿਬ ਉਹਨਾਂ ਨੂੰ ਇਹਦੇ 'ਚ ਫਿਕਸ ਕਰ ਲਏ। ਮੈਂ ਇੱਕੋ ਗੱਲ ਪੁੱਛਦਾ ਕਿ ਆਹ ਜਿਹੜੇ 7 ਮੁਲਜ਼ਮ ਤੁਸੀਂ ਨਾਮਜ਼ਦ ਕੀਤੇ ਆ ਇਹਦੇ 'ਚ ਇੱਕ ਅਜੀਤ ਸਿੰਘ ਦੇ ਪੱਟ 'ਚ ਗੋਲੀ ਲੱਗੀ ਹੈ, ਇਹ ਪਿਸਤੌਲ ਬਾਦਲ ਸਾਹਿਬ ਦੇ ਹੱਥ 'ਚ ਫੜਾਇਆ ਕਿ ਸੁਖਬੀਰ ਸਿੰਘ ਬਾਦਲ ਦੇ ਹੱਥ 'ਚ ਫੜਾਇਆ ਕਿ ਸਮੇਤ ਸੈਣੀ ਦੇ ਹੱਥ 'ਚ ਫੜਾਇਆ ਕਿ ਪਰਵਰਾਜ ਦੇ ਹੱਥ 'ਚ ਫੜਾਇਆ ਕਿ SS ਮਾਨ ਦੇ ਹੱਥ 'ਚ ਫੜਾਇਆ ਕਿ ਗੁਰਦੀਪ ਸਿੰਘ ਦੇ ਹੱਥ 'ਚ ਫੜਾਇਆ, ਦੱਸੋ ਤਾਂ ਸਹੀ। ਅਤੇ ਬਾਦਲ ਸਾਹਿਬ ਨੇ ਲਕਾਰਾ ਮਾਰਿਆ ਕਿ ਵੀ ਮਾਰੇ ਦੇ ਗੋਲੀ, ਸੁਖਬੀਰ ਸਿੰਘ ਨੇ ਕਿਹਾ ਬਾਦਲ ਸਾਹਿਬ ਦੇ ਗੋਲੀ ਮਰਵਾਓ। ਮੈਂ ਪਹਿਲੀ ਵਾਰ ਲੀਗਲ ਟਰਮੀਨੋਲੋਜੀ ਵਿੱਚ ਆਹ ਗੱਲ ਸੁਣੀ ਆ ਜੋ ਇਹਨਾਂ ਨੇ ਪ੍ਰੈਸ ਨੋਟ ਵਿੱਚ ਲੀਕ ਕੀਤੀ ਆ ਕਿ ਮੇਨ ਕੌਨਸਪਰੇਟਰ ਨੇ ਸੁਖਬੀਰ ਸਿੰਘ ਬਾਦਲ ਅਤੇ ਸਮੇਤ ਸੈਣੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਉਮਰਾ ਨੰਗਲ ਫੈਸੀਲੀਟੇਟਰ ਨੇ। ਕੋਈ ਵੀ ਲੀਗਲ ਡਿਕਸ਼ਨਰੀ ਦੇਖ ਲਓ, IPC ਦੇਖ ਲਓ, ਕ੍ਰਿਮੀਨਲ ਪ੍ਰੋਸੀਜਰ ਕੋਡ ਦੇਖ ਲਓ, ਐਵੀਡੈਂਸ ਐਕਟ ਦੇਖ ਲਓ, ਫੈਸੀਲੀਟੇਟਰ ਦਾ ਕਿਉਂ ਹੈ ਅਰੇ ਕਲੀਅਰ ਕਿਤੇ ਲੱਭ, ਕਿਤੇ ਕੋਈ ਵਰਡ ਨਹੀਂ ਹੈ। ਪਤਾ ਨਹੀਂ ਕਿੱਥੋਂ ਲਿਆਂਦਾ ਯਾਦਵ ਸਾਹਿਬ ਨੇ, ਉਹ ਦੱਸਣਗੇ ਜਾਂ ਉਹਨਾਂ ਦੇ ਸਾਥੀ ਦੱਸਣਗੇ। ਹੁਣ ਗੱਲ ਆ ਗਈ 12 ਤੋਂ ਲੈ 13-14 ਦੀ ਰਾਤ ਤੋਂ ਲੈ ਕੇ 15 ਤੱਕ ਇੰਸੀਡੈਂਟ ਹੁੰਦਾ। ਉਸ ਸਮੇਂ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਤੋਂ ਬਾਹਰ ਸੀ, ਰਣਜੀਤ ਸਿੰਘ ਕਮਿਸ਼ਨ ਬੈਠਾ, ਉਹਨਾਂ ਨੇ ਬਾਦਲ ਸਾਹਿਬ ਦਾ 2 ਵਜੇ ਰਾਤ ਨੂੰ ਟੈਲੀਫੋਨ ਹੋਣਾ ਤਾਂ ਰਿਪੋਰਟ ਕੀਤਾ। ਆਦਮੀ ਝੂਠ ਬੋਲ ਸਕਦਾ, ਡਾਕੂਮੈਂਟ ਤਿਆਰ ਕੀਤੇ ਜਾ ਸਕਦੇ ਆ, ਪਰ ਸਰਕਮਸਟਾਂਸਿਸ ਨੂੰ ਬਲਾਈ ਨਹੀਂ ਕੀਤਾ ਜਾ ਸਕਦਾ। ਜਿਹੜੀ ਕੋਟਕਪੂਰਾ ਦੀ ਵੀਡੀਓ ਰਿਕਾਰਡਿੰਗ ਆ ਉਹ ਦੱਸ ਦੂਗੀ ਕਿ 2 ਵਜੇ ਤੋਂ ਲੈ ਕੇ 6:30 ਵਜੇ ਤੱਕ ਜਦ SDM ਦੇ ਆਰਡਰ ਨਾਲ ਗੋਲੀ ਚੱਲੀ ਹੈ ਉਹਦੇ ਵਿਚਕਾਰ ਕੀ ਹੋਇਆ। ਜੇ ਚੀਫ ਮਿਨਿਸਟਰ ਨੇ 2 ਵਜੇ DGP ਨੂੰ ਆਰਡਰ ਕਰਤੇ ਕਿ ਗੋਲੀ ਚਲਾ ਦਿਉ, ਕਿਹੜੇ ਦੀ ਜ਼ਰੂਰਤ ਆ ਗਈ 6:30 ਵਜੇ ਤੱਕ ਉਹ ਸਵੇਰੇ ਗੋਲੀ ਨਾ ਚਲਾਉਣ? 2 ਵਜੇ ਤੋਂ ਲੈ ਕੇ 6 ਵਜੇ ਤੱਕ ਹੱਥ ਜੋੜ ਜੋੜ ਕੇ ਬੱਸਾਂ 'ਚ ਬਿਠਾ ਕੇ ਉੱਥੋਂ ਲਿਆ ਜਾ ਰਿਹਾ। ਇਹ ਰਣਜੀਤ ਸਿੰਘ ਕਮਿਸ਼ਨ ਨੇ ਮੰਨਿਆ ਕਿ ਇਹ ਐਵੀਡੈਂਸ ਹੈ ਕਿ ਬਾਦਲ ਸਾਹਿਬ ਨੇ ਕਿਹਾ ਕਿ ਦੇ ਆਰ ਟੂ ਬੀ ਟ੍ਰੀਟਿਡ ਲਿਬਰਲੀ, ਅਤੇ ਇਹ ਕਹਿੰਦੇ ਹੈਗੇ ਕਿ ਕੌਨਸਪਰੇਸੀ ਹੈ ਅਤੇ ਕੌਨਸਪਰੇਸੀ ਨੂੰ ਫੈਸੀਲੀਟੇਟਰ ਨੇ। ਫਿਰ ਮੈਂ ਪਹਿਲਾ ਕੇਸ ਸੁਣਿਆ ਕਿ ਬੰਦਾ ਬਾਹਰ ਬੈਠਾ ਹੈ, ਇੱਕ ਚੰਡੀਗੜ੍ਹ ਬੈਠਾ ਹੈ, ਇਕੱਠ ਹੁੰਦਾ ਅਤੇ ਉਹਨਾਂ ਦੀ ਕੌਨਸਪਰੇਸੀ ਕਦੋਂ ਹੋਈ? ਉਹਨਾਂ ਨੇ ਕੌਨਸਪਰੇਟਰਸ ਨੇ ਅੱਗੇ ਐਕਸੀਕਿਊਟਰਸ ਨੂੰ ਕਦੋਂ ਕਨਵੇ ਕੀਤਾ ਕਿ ਆਹ ਸਾਡੀ ਕੌਨਸਪਰੇਸੀ ਹੋ ਗਈ ਅਤੇ ਇਸ ਕੌਨਸਪਰੇਸੀ 'ਚੋਂ ਅਚੀਵ ਕੀ ਕਰਨਾ? ਇੱਕ ਆਰਾਮ ਨਾਲ ਚੱਲ ਰਹੀ ਪ੍ਰੋਗਰੈਸਿਵ ਸਰਕਾਰ ਇੱਕ ਬੰਦੇ ਨੂੰ ਜ਼ਖਮੀ ਕਰਾ ਕੇ ਕੀ ਅਚੀਵ ਕਰੂਗੀ? ਦੇਖੋ ਇੱਕ ਗੱਲ ਬੜੀ ਕਲੀਅਰ ਹੋਣੀ ਚਾਹੀਦੀ ਹੈ, ਮੈਂ ਇਹਨੂੰ ਹਲੇ ਵੀ ਕਈ ਦਫ਼ਾ ਹੈਰਾਨੀ ਹੁੰਦੀ ਹੈ ਕਿ ਕਈ ਬੜੇ ਸਿਆਣੇ ਸੁਲਝੇ ਆਦਮੀ ਵੀ ਅਤੇ ਕਈ ਦਫ਼ਾ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਵੀ ਬੇਦਬੀ ਦੇ ਕੇਸ ਕਰ ਦਿੰਦਾ। ਬੇਦਬੀ ਦੇ 3 ਕੇਸ ਨੇ ਜਿਹਨਾਂ 3 ਵਿੱਚ ਚਲਾਣ ਪੇਸ਼ ਹੋ ਚੁੱਕਾ ਹੈ ਅਤੇ ਉਹ ਸਿੱਟ ਸੀਗੀ ਮਿਸਟਰ ਪਰਮਾਰ IG ਦੀ। ਉਹਨਾਂ ਵਿੱਚ ਕਿਸੇ ਵੀ ਅਕਾਲੀ ਦਲ ਦੇ ਲੀਡਰ ਦਾ ਜਾਂ ਅਕਾਲੀ ਦਲ ਦਾ ਦੂਡੋਂ ਵੀ ਵਾਸਤਾ ਨਹੀਂ, ਉਹਦੇ 'ਚ ਰਾਮ ਰਹੀਮ ਅਤੇ ਉਹਦੇ ਬੰਦੇ ਨੇ। ਇਹ ਕੋਟਕਪੂਰਾ ਕਾਂਡ ਹੈ ਜਿਹਦੇ 'ਚ 307 ਦਾ ਪਰਚਾ ਹੈ। ਜੋ ਮੇਰੇ ਕੋਲ ਇਤਲਾਹ ਹੈ ਉਹ ਇੱਕ ਗੋਲੀ ਪੱਟ ਵੱਜੀ ਹੈ ਸਰਦਾਰ ਅਜੀਤ ਸਿੰਘ ਬਰਨਾਲੇ ਦੇ। ਹੁਣ ਮੈਂ ਪੁੱਛਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸੁਮੇਰ ਸਿੰਘ ਸੈਣੀ ਨੇ ਸਲਾਹ ਕਰਕੇ ਇਕੱਲੇ ਅਜੀਤ ਸਿੰਘ ਦੇ ਪੱਟ 'ਚ ਗੋਲੀ ਮਰਵਾਉਣੀ ਸੀ? ਕਿਆ ਹਾਸੋਹੀਣੀ ਗੱਲ ਹੈ! ਜਿਵੇਂ ਪ੍ਰੈਸ ਸਾਹਿਬ ਨੇ ਕਿਹਾ, ਗੱਲ ਤਾਂ ਇਹ ਹੈ ਕਿ ਉਹਨਾਂ ਨੇ ਬਲਦੀ ਆਪਣੇ ਆਲੇ ਦੁਆਲੇ ਦੀ ਰੁੱਖ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਇਹ ਰੁੱਖ ਵੀ ਨਹੀਂ ਬਦਲਿਆ ਜਾਣਾ, ਕਿਉਂਕਿ ਮੈਂ ਜਿਵੇਂ ਆਪ ਜੀ ਨੂੰ ਦੱਸਿਆ ਕਿ ਗਵਾਹ ਝੂਠ ਬੋਲ ਸਕਦੇ ਆ,
कंवर विजय प्रताप रूलिंग पार्टी का एमएलए है ना, उथे बरगाड़ी गया ना, उन्हें की क्या कि मैं मोर्चा उन्नी देर जारी रखू जिन्ना चिर ये सुखबीर सिंह बादल ते साहब प्रकाश सिंह बादल का नाम नहीं आता। कि यह हाई कोर्ट के ऑर्डर की वायलेशन नहीं, कि रूलिंग पार्टी का एमएलए कह रहा मैं असैंबली बोलन नहीं दे रही सरकार, मेरी चिट्ठी लिख रहा सीएम कि इन्हों इनवॉल्व करो, कि यह वायलेशन नहीं हाई कोर्ट के ऑर्डर की, कि यह प्रेशराइजिंग नहीं गौरमेंट न, कि जिन्ना चिर तुम इन्हों नहीं करते उन्ना चिर केस का कुछ करो। हुण बड़ी हैरानी हुंदी है कि बड़े कहिंदे आ कि बड़े भी आउटस्टैंडिंग अफसर लाए, आउटस्टैंडिंग अफसर की करतूत तो मैनूं बहुत ही आउटस्टैंडिंग लगी नहीं। यादव साहब, अग्रवाल साहब, तो एक वो पता नहीं कि सिंह है जिहड़ा मोगे वाला एस पी, तफदीश चल रही है, तफदीश इस एंगल तो चल रही है कि बादल किवें असीं फिक्स करने हैं। कल रिपोर्ट पेश की, कल तरीक सी 24, आ 6 फरवरी एल के यादव जी अखबार च इश्तहार कटाते अंग्रेजी ते पंजाबी दे च। ये इश्तहार की है, बड़ा ध्यान नाल पढ़ने वाला ते समझने वाला है कि इन्हों तो यही कड्ढे बीजे नहीं निकलने यादव साहब तो। सिट हैड यादव वर्जेस पीपल टू शेयर इनफॉरमेशन एज द इन्वेस्टिगेशन इन टू 2015 कोटकपूरा फायरिंग इंसीडेंट रीचेज इट्स एडवांस स्टेज। द पंजाब पुलिस स्पैशल इन्वेस्टिगेशन टीम ऑन संडे आस्क्ड द पीपल टू शेयर एनी इन्फॉर्मेशन रिलेटेड टू द इंसीडेंट। सिट हैड एडिशनल डायरेक्टर जनरल पुलिस एल के यादव सेड दैट एनी वन हु हैज एनी एडिशनल रेलिवेंट इन्फॉर्मेशन विच मे हैव बेयरिंग अपॉन द केस could share it by personally meeting him in his office in Chandigarh on February 10 or 14, उन्हें अगे उदू बाद नंबर दिते है। चलो बाकी का भी उन्हें कहा कि आ स्टेज पर जी इन्फॉर्मेशन पहुँचाई जाऊगी उन्होंने असी प्रॉपरली लुक इन टू करा। एक गल बड़ी क्लीयर होगी ना, अखबार जब मुलजम का फोटो ला के इश्तहार देंगे कि लिखते हैं कि दोषी फड़िया नहीं जा रहा, इन्हूं लभण लई आह फोटो है इनाम दिता जाऊगा। यादव साहब तुसी 2 साल दे इन्वेस्टिगेशन करते हो, जे तुहाडी 2 साल की इन्वेस्टिगेशन 6 फरवरी तक कंप्लीट नहीं हुई तुसी मुलजम नामजद नहीं कर सके, ताही तुहानूं लोड़ पई ना 6 तरीक नूं इश्तहार कढ़न दी लोकां नूं कि भाई दिओ इतला। जे तुसी इन्वेस्टिगेशन अपनी कंप्लीट करी बैठे सी, मुलजम नामजद करी बैठे सी, फिर तुहानू ये इन्फॉर्मेशन मंगण की क्यों लोड़ पई, दसना तो पऊ ना। सो इन अदर वर्ड्स इट इज़ वेरी क्लीयर, जिवें प्रेस साहब ने कहा ना कि इन्हां ने वो कहिंदे ना की डी सी आई नाल लवेट के कागज़ ते छड्ड दी भी असीं तां घिर गए नाले वाले इंसीडेंट च, आ फिर भी होगी साडी इन्वेस्टमेंट मूव, तो दूजा तीजा सारे काम उल्टे पई जांदा कि हुण किसे तरह इन्हां नूं भी लवेट तो लिबड़दे नहीं, लिबड़दे नहीं, क्योंकि कूड़ नखुट्टे नानका ओड़क सच रही। लॉ है ना, जिहड़ा लॉ बहुत बरीकी नाल देखदा, लॉ दीआं अखां बड़ीआं बरीक ने। एविडेंस एक्ट जे क्लीयर लिखा होया, क्लीयर कि विटनेसिस कैन टेल लाए, डॉक्यूमेंट्स कैन बी प्रिपेयर्ड एंड प्रोक्योर्ड, बट द सरकमस्टांसिस स्पीक्स लाउडली फॉर इट। हुण इस गल्लां नूं जिहड़ियां उत्थे वीडियो ऑडियो सारियां रिकॉर्डड ने, सरदार सुखबीर सिंह बादल ते सैनी दी उहदे नाल आपस च कोई गल ना होना, ते उह सारी गल तो बाद उहनां नूं चीफ कॉन्सपिरेटर नामजद कर देना की जाहर करदा है। ये 4 गल्लां सिट नूं जवाब देना पऊ, जवाब कि जिहड़े पुलिस वाले जख्मी होया दा चलान पेश करन लई हाई कोर्ट ने कहा, क्योंकि असीं हले चलान की कापी नहीं देखी, उहदे बारे कोई कमेंट नहीं कर सकते कि उहदे बारे इन्हां ने की रफा दफा कीता, पर कोई गल की होंगी तो जरूर जिमें इनफॉर्मेशन ली की वह भी करते। यदा मतलब जिमें पहले ने कैंसल करता सी कोई इस तरह का धूता जहा छड़िया होना। दूसरा, जेडे पहले कंवर विजय प्रताप ने मुलजम बनाए वह छड़े, उस यदा मतलब कंवर विजय प्रताप की इनकुआरी तो इन्हें नहीं रद्द करता है, साड़ी वह भी गल सच होगी।
फिर इन्हों दसना चाहिए जब वो तीन बंद जेडे परमजीत सिंह पन्नू बलजीत सिंह साहब मनताज सिंह बराड़ कटे आट तो बहुत वधिया किया उतू बाद हक च की एविडेंस आया कटे जिमें आए तो नहीं गया कि जिमें कल होया कि सानू दसता कि यह बंदा बेगुनाह सी असी छड्ड दिंदे आ किने दस्सिया कि बेगुनाह ने तो उदो गुनाहगार किने बनाए वह भी दसना पेगा तो फिर उदू बाद दसना पेगा कि इन्हों के खिलाफ जिन्होंने बनाया इन्हों के खिलाफ एविडेंस की है दिस इज सच एन अनफॉर्चुनेट कि मिसयूज ऑफ द अथॉरिटी टू इंप्लीकेट पोलिटिकल ओपोनेंट्स ओनली फॉर वन रीजन कि असी मोडे मोडे तक चिकड़ना लिपड़े पे निकली है किमें मैं एक गल आखिर जरूर कहनी चाहना साढ़े को बहुत कुछ है जी दसांगे कि इन्होंने सिट ने किया कि किमें किया देखो पहली गल जद कंवर विजय प्रताप की सिट सी प्रबोध चंद्र एल के यादव तो भी सीनियर है ए डी जी पी और हूँ डी जी पी बन चुका उन्हें जिहड़ी रिपोर्ट की सी कंवर विज प्रमोद ने अरनपाल सिंह ने सतिंदर सिंह ने तिना चारा ने दस्तखत करके दिते कि असी इहदे नाल सहमत नहीं है ठीक है ना इन्हां ने भी सहमत करती कि हाँ वह सही नहीं रिपोर्ट हुण आ गई कि जे वह सही नहीं तो तुहाडे कोल सही लई एविडेंस की है कित्थों आया आफ्टरऑल यू शुड मेक इट पबलिक तुहानू हाई कोर्ट ने चुप रहने लिए कहा सी जिन्ना चिर तुसी चलान कोर्ट च नहीं परमिट करते सबमिट करते क्योंकि असी एज ए लॉ अबाइडिंग सिटीजन एज ए लॉ अबाइडिंग पीपल जद कोर्ट विल बी वैन कोर्ट विल बी सीज्ड ऑफ द मैटर जद चलान पेश होने तो बाद प्रोसीडिंग चलनगी असी उत्थे वर्किंग ते कोई कमेंट करने लिए तैयार नहीं पर उदू पहला असी इन्हां दीआं जिहड़ीआं बंदिआं दीआं डीड्स है उन्हां नूं एक्सपोज जरूर करांगे एक गल जिम्मेवारी कह सकते हैं कॉन्फिडेंस ना कह सकते हैं कि दिस चलान इज ए फैब्रीकेशन ऑफ डॉक्यूमेंट्स ते जिमें जज साहब ने कहा सी ना कि कंवर विजय प्रताप ने वो बयान नहीं लिखे जेडे लोगों ने दिते जेडे उन्हूं सूट करते सी वो लिखे जद ये रिकॉर्ड सामने आऊगा वो गल्लां तुहाडे कोल सामने निकलनगियां गवाहां दे जिन्हां दे बयान होए वो बोलणगे कि असीं तां गल्लां नहीं लिखाईआं इन्हां ने दसो लिखीआं किवें ने ये एक किसी भी डेमोक्रेसी लिए बड़ा सुसाइडल होता है तो मैं एक गल जरूर विद ऑल माई ह्यूमिलिटी एट माई कमांड कहना चाहना मान साहब हर दिन तो बाद रात पैंदी है देखना कि जो कुछ होया तुहाडे राज सिद्धू मूसे वाले मरे एनकाउंटर होए वो जाली होए असली होए वो हुण दे होम मिनिस्टर ते भी पैणगे क्योंकि ये लॉ ऑफ नेचर है ये पर एक गल बड़ी पक्की है कहिंदे आ रब दियां चक्कियां ना जद पींदियां ने बरीक पर पींदियां ने हौली रब ना मारे डांग ना रब मारे सोटी रब मत मारदा इन्हां दी मत मारदी ये कुछ नहीं तां आ चलान पेश कर दो उदों ना चीका मारना बस आ कहानी याद रख लेना मैं तुहाडा सारिआं दा धन्नवाद है डाक्टर साहिब इहदे एक गल जिम्मा साहिब कर रहे जिम्मा साहिब ने करनी हाँ देखो जड़ी मेन गल है वह तो चंदूमाजरा साहब ने ते गरेवाल साहब ने बड़ी वजाहत दे नाल तुहाडे सामने रखी है क्योंकि मुद्दा बेहद गंभीर है पर अफसोस इस गल का है कि सत्त साल तो जड़ी गंदी राजनीति इस एडे गंभीर मुद्दे के उत्ते की जा रही है ये जी कल इंसीडेंट है ये सारी का मैं कह सकता कि शिखर है ये सरकार ने जी पिछली सरकार सी और इस इन्वेस्टिगेशन ने जी इस तो पहली इन्वेस्टिगेशन की कुंवर विजय प्रताप ने ना तो कोर्ट दिया डायरेक्शन का मैनू लगता कि कोई ध्यान रख्या और ना वैसे ही जड़ा सबक एक दूजे दियां गलतियां तो सीखना हुंदा ना इस सरकार ने पिछली सरकार दियां गलतियां तो सब सीखा तो ना इन्वेस्टिगेशन ने पिछली इन्वेस्टिगेशन तो कोई चंगी जड़ी सेध है वो लई लगती है एक तो जड़ा गरेवाल साहब ने जिक्र किया कि कोर्ट इस बारी बड़ी पार्टिकुलर सी
कि सवाए मजिस्ट्रेट दे किसी होर नूं सिट आंसरेबल नहीं होएगी, सिट का कोई नवा मैंबर नहीं पाया जाएगा, कुंवर विजय प्रताप किसी भी इस सिट का मैंबर नहीं पाया जाएगा। ये कुछ कु पिछली जस्टिस शेरावत साहब दियाँ जजमेंट दियाँ जड़ियाँ ये बड़ियाँ सख्त हदायतां सी, क्योंकि जो कुछ कुंवर विजय प्रताप ने किया वो विस्तार दे विच जिहड़ा पहला चंदू मजरा साहब ने भी दस्या 94 पेज की जजमेंट है, सारे ने तुसी पढ़ी है। पर हुण कल एक पासे चलान पेश हो रहा सी, गरेवाल साहब ने तो सिलेक्टिव लीकेज की पेपर नूं गल की है, ये मुख्यमंत्री साहब का अपना ट्विटर हैंडल है ऑफिशियल उन्हों का भगवंत मान वाला, ये उत्ते कल की लिखा कि कोटकपुरा गोली कांड के दोषी और साजिश रचन वाले के चेहरे हुए बेनकाब, करोड़ों लोगों की भावनाओं में सुकून मिलेगा, असी इंसाफ दौन के वादे से कायम हाँ, मंत्री या संतरी कानून सब लिए एक। मैं हुण पुछना चाहुंदा भगवंत मान जी नूं कि जिहड़ा काम तुसी मूसेवाला की सिक्योरिटी वेले किया सी, कोर्ट दियां सख्त डायरेक्शन होने के बावजूद तुसी पहला ये तो दसो कि यह कल प्रवानगी हदायतां तुहाडियां दा पालन हो गया सी, जिहड़ा तुसी जिहड़ा कोर्ट च पेश होने तो पहला फटाफट अपने पेज के उत्ते जाके उल्लेख करना शुरू किया कि मुख्यमंत्री के उत्ते और गृह मंत्री के उत्ते जड़िया हदायत सिट न लागू कीतिया सी, कि मुख्यमंत्री का अपना उन्होंने पालन करना फर्ज नहीं बनता, और यदा आप ही तुसी फिर मनी जाते हो। उन्होंने तो कहा ना कि सवाए मजिस्ट्रेट दे ईवन DGP साहब न कल क्वेश्चन पूछा गया सी, तो असी मीडिया वाले ने पूछा सी, मैं TV के उत्ते देख रहा सी कि जिहड़ा कल चलान पेश होया उहदे बारे तुसी की कहना, तो उन्होंने बड़ा अच्छा कहा सी कि कोर्ट दियां हदायतां सी, मैं सिर्फ सुपरवाइजरी अफसर हाँ, कोर्ट दियां हदायतां सी कि मैनू उन्होंने रिपोर्ट नहीं सी करना, इस करके मैं नहीं कुछ कह सकता, वो उन्हां दी रिपोर्ट है, कोर्ट उहदे ते कमेंट कर सकता। तो मैं पुछदा भी होम मिनिस्टर नूं ते चीफ मिनिस्टर नूं ये अथॉरिटी फिर किहने दित्ती सी? ये जिहड़ी मिली भुगत है ये अपने आप अंदरों जिहड़ी है वह गल बाहर आ जाती है, जिहड़ी चोरी छिपे नहीं रहिंदी, अपने आप ही अंदरों जिहड़ी है इन्हां दे निकल पिया, तो वह गल कुदरती फिर बाहर आ गई। तो मुख्यमंत्री साहब ने क्रैडिट लैन वास्ते जिहड़ा मीडिया दे विच भी जो चीज़ां लीक हुई, क्योंकि चलान तो हाले उहदे ते कमेंट नहीं किया जा सकता जदों आएगा, पर हाले कोर्ट ने भी मेरे ख्याल बोरियां खोलियां नहीं, तो जिहड़ा छपिया अखबारों के मैं समझदा हाईकोर्ट इस गल का नोटिस भी जरूर लेगी कि जिन्ना लीक किया गया जे वह सही है तो फिर उहदा भी एक वक्री इनकुआरी जरूर होनी चाहिए है कि यह वार वार जिहड़ा जुडिशियल सिस्टम है इहदे विच दखल अंदाजी जिहड़ी मुख्यमंत्री वल्लों गृह मंत्री वल्लों की जाती है, इहदी एक वक्री इनकुआरी भी जिहड़ी डेफिनेटली है, ये सारे रिकॉर्ड प्रिजर्व होने चाहिए और इहदी वक्री इनकुआरी भी होनी चाहिए। दूजी गल, बड़ा दुख हुंदा वैसे तो जस्टिस शेरावत साहब ने जिहड़े कमेंट कर दिते सी उदों मुख्यमंत्री साहब की जिम्मेवारी बारे बहुत अच्छे सी, पर अफसोस हुंदा कि जिहड़ी मुख्यमंत्री की एड्डी वड्डी अथॉरिटी हुंदी है, पोस्ट की जिम्मेवारी हुंदी है, इन्हां लोकां ने अपनी रासी रोटियां सेकण वास्ते अज उस चेयर दी वी जिहड़ी आ उहदे ते वी बहुत गंदे छिट्टे जिहड़े आ उह छिड़कण की कोशिश कीती है, जिस कुर्सी दे उत्ते आप बैठे आ उहदी माण मर्यादा नूं वी जिहड़ा बहुत वड्डी सट मारी, किहदे ते लोकी फेथ करनगे जे तुसी मुख्यमंत्री दी चेयर नूं उह वी सरदार प्रकाश सिंह बादल वर्गी शख्सियत जिन्हां दे अपने गुणा करके एक वारी नहीं, दो वारी नहीं, तीन वारी नहीं, चार वारी नहीं, पांच वारी पंजाब की जनता ने उन्होंने मुख्यमंत्री बनाया, कोई भरोसा भी होंदा जिता हारा तो हुंदिया रहिंदिया, पर किन्ने को हुण तक पंजाब दे विच पांच वारी मुख्यमंत्री जिहड़े आ कोई शख्सियतां बनिया, आफ्टर जनता का भरोसा वार वार जितना कोई सौखी गल नहीं सी, बड़े औखे हालातों के विचों पंजाब जिहड़ा वह पहले भी निकलिया, पर इहो जी शख्सियत दे चेहरे ते हुण दे
उस तो बाद भी जे इस तरह का जो गंद पाने की कोशिश की गई है, मैं समझदा कि यह मुख्यमंत्री की जिहड़ी चेयर है उन्हें कलंकित करन दा भी बहुत वड्डा यतन है। इसका मतलब है कल देश दे विच जो मर्जी होएगा तो प्रधानमंत्री अकाउंटेबल हो जाएंगे, किसी भी सूबे दे विच जो मर्जी होएगा। आ पटियाले भी फायरिंग की इंसीडेंट हुई सी, मुख अगो एस एस पी नूं उस वेले मौके दे उत्ते गोली चलाउणी पई सी, एक व्यक्ति दे लगी भी सी, ते फिर उत्थे जिहड़ा मुख्यमंत्री जवाब दे क्यों नहीं। जिस तरह कल अजनाले दीआं घटनावां होईआं फिर उहदे वास्ते भी सीधा मुख्यमंत्री दा जवाब मंगना चाहिए। डीजीपी तो क्यों जवाब मंगदे, फिर मुख्यमंत्री जवाब दे कि जो कुछ सारा कुछ उत्ते होया सी कि मुख्यमंत्री की सहमति नाल होया, किन्ने उहदे विच इंजर्ड होए, पुलिस वाले भी होए, दूजे भी होए, तो वह फिर मुख्यमंत्री की सहमति नाल ही होया ना, उहदी मंजूरी तो बिना तो हो ही नहीं सकता। तो फिर उहदा केस जिहड़ा हैगा वह मुख्यमंत्री के उत्ते क्यों ना रजिस्टर किया जाए कि वह मुख्यमंत्री के फैसले करके होया। इस करके इन्हां दी हुण मजबूरी सी जिहड़ी चंदूमाजरा साहब ने कहा कि हुण सारे गिणते पए उंगलां ते कि अज गई सरकार कि कल गई, क्योंकि कॉन्स्टिट्यूशन क्राइसिस भी ऑन रिकॉर्ड आ, बहुत वड्डे ब्लंडर मुख्यमंत्री साहब ने किए आ। और दूजे पासे जो हालात है पंजाब दे, किसी नूं नींद नहीं आउंदी भी इत्थे रहांगे किदां। इस करके लगदा सी उन्हां नूं भी जो कुछ हो गया उस दिन देश दे विच जो प्रभाव चला गया, ना तो केजरीवाल बोलन जोगा रहा ते ना साडे मुख्यमंत्री साहब बोलन जोगे रहे। ते फिर जिवें ये साजिश घाड़े बह के अगे साजिशां घड़दे हुंदे आ, कल इन्हां कोल मेरे ख्याल होर कोई चारा कोई नहीं सीगा भी हुण वह भी काम करवा दिओ जिहड़ा रह गया सी कि सरदार प्रकाश सिंह बादल दा, सरदार सुखबीर सिंह बादल दा नाम भी जिहड़ा वह विच पा दिओ। खैर सानूं तां अगे भरोसा जुडिशरी के उत्ते, क्योंकि पिछली जजमेंट के विच जज साहब ने काफ़ी सबक सिखाउण की कोशिश की सी, चलो वह तो अस्तीफा दे के भज गया, वैसे डिसमिस होने वाला सी, जे रहिंदा तां जिड्डियां वड्डियां स्ट्रक्चर होईआं सी डिसमिस हुंदा डेफिनेटली, पर चलो उदों बच गया। पर जो जज साहब ने लिखा सी वह अज भी अपने आप दे विच सूरज की रोशनी अगू है, स्पष्ट खड़ा। उहदे विच जज साहब ने लिखा सी कि इहदी मंशा पोलिटिकल है, अज इस गल नूं तां नहीं झुठा सकदा, एम एल ए आम आदमी पार्टी का टिकट लई आम आदमी पार्टी तो जाके। इस करके जज साहब तो मैं समझदा बड़े दूर हुंदे सी कि उन्होंने 2021 दे विच लिख दिता सी, हाले उदों तां सर्विस दे विच सी, पर वह जजमेंट का एक एक अक्षर अज भी सच है। ये तुहाडे सामने एम एल ए साहब बने बैठे हुण आम आदमी पार्टी के, इस करके जेडे उहदे ते स्ट्रक्चर आईआं सी उह तां आईआं सी, मेरे ख्याल जिहड़ियां हुण हाले चलान देख लैन दो, उस तो बाद जो कुछ इहदे ते आएगा शायद वह भी एग्जैम्पलरी होएगा। सानू पूरा भरोसा है, पर जिहड़ी गल गरेवाल साहब ने कही है मुख्यमंत्री साहब नूं अपनी पीढ़ी थले भी सोटा फेरना चाहिए कि बहुत कुछ गलत हो रहा। इस करके तुसी अपनी जिम्मेवारी जिहड़ी है वह निभाउण दे विच फेल होए, इसलिए इस तरह दीआं साजिशां कट के तुसी अपनी म्याद सरकार दी वधा नहीं सकनी, इस गल दा